सोरठ महला पंजमा अंतर की गत तुम ही जानी, तुझ ही पाहि नबेरो। बख्श लै साहिब प्रभ अपने, लाख खते कर फेरो। प्रभ जी तू मेरो ठाकुर नेरो, हर चरण शरण मोहि चेरो। रहाओ बेशुमार बेअंत स्वामी, ऊचो गुनि गहेरो। काट सिल किनो अपनो दासरो, तौ नानक कहने होरो। सोरठ महला पंजमा पै कृपाल गुरु गोविंदा, सगल मनोरथ पाए अस्र पहे। लाग हर चरनी गोविंद के गुण गाए, भलो समूरत पूरा शांत सहज आनंद नाम जप। वाजे अनहद तूरा रहाओ, मिले स्वामी प्रीत में अपने। कर मंदर सुखदाई, हर नाम निधान नानक जन पाया। सगली इच्छ पुजाई, वाहिगुरु जी का खालसा वाहिगुरु जी की फतेह। गुरु सवारी सात संगत, ये पावन शब्द क्योंकि दो दो पदियां दे हन और आकार विच भी छोटे हन, कहने दा भाव असी समय दा ध्यान करदे होए दो दो शब्दां दी विचार एक एपीसोड विच करन दा यतन करांगे। क्योंकि गुरबाणी उस परमेश्वर दे नाल टुटे हुए जीव नूं जोड़न दी समर्था रखदी, और पारस परसे है पारस होए, गुरबाणी पारस रूप है। जे असी अंतर आत्मे गुरबाणी नाल अपने आप नूं जोड़ लईए तां साडे जीवन विच कुदरती तौर ते तब्दीली आवे। असी रोज़ पढ़दे हाँ, शिवकन को शिवगुण सुख दियो, शत्रण को पलम बद की। ओ परमात्मा अपने सेवकां नूं दैवी गुण देंदा है, अते इस जीव दे अंदरों जिहड़े शत्रु हन काम क्रोध लोभ मोह अहंकार, उन्हां दा नाश कर दिंदा है। तो पावन शब्द दे अंदर गुरु अर्जुन देव पातशाह उस वाहिगुरु अकाल पुरख नूं हाजर नाजर जान के बेनती करदे हन ते करन दी जाच सिखाउंदे। प्रभ जी तू मेरो ठाकुर नेरो, हे मेरे मालक, तू मेरा मालक है ते मेरे नेड़े। ये नहीं कि तू किधरे दूर है। हर चरण शरण मोहि चेरो, मैं तुहाडी चरण शरण विच तुहाडा चेहरा, तुहाडा दास सेवक हाँ, अते तुहाडे चरणां विच बेनती करदा हाँ कि अंतर की गत तुम ही जानी। साढ़े अंदर दी जो अवस्था है वो तुसी जानदे हो। असी रोज़ पढ़ते हाँ, कट कट के अंतर की जानत, भले बुरे की पीर पछानत। अंतर की गत तुम ही जानी। शायद लोकां नूं साढ़े अंदर दी अवस्था का ना पता हो। लोकां तों असी कई बारी लुको भी लैंदे आ, पर्दा भी पा लैंदे, क्योंकि लोक साडे वर्गे ने, पर तुसी ओ अंतर जाने। अंतर की गत तुम ही जानी, तुझ ही पाए नभेरो। जिहड़ा साडा फैसला है ये भी तुहाडे कोल ही,
ਕਿ ਸਤ ਸੰਗਤ ਜਿਹੜਾ ਅੰਦਰ ਦੀ ਗੱਲ ਜਾਣਦਾ ਹੋਵੇ ਉਹਦੇ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ ਹੁੰਦਾ, ਉਹਨੂੰ ਸਭ ਕੁਝ ਪਤਾ ਕਿ ਸਾਡੇ ਅੰਦਰ ਕੀ ਹੈ। ਇਹ ਵਿਸ਼ਵਾਸ ਆਪਣੇ ਅੰਦਰ ਪੈਦਾ ਕਰਨ ਦੀ ਲੋੜ ਹੈ ਕਿ ਹੇ ਵਾਹਿਗੁਰੂ, ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ, ਹਰ ਚਰਨ ਸ਼ਰਨ ਮੋਇ ਚੇਰੋ, ਮੈਂ ਤੁਹਾਡਾ ਦਾਸ ਹਾਂ, ਤੁਹਾਡੀ ਚਰਨ ਸ਼ਰਨ ਵਿੱਚ ਹਾਂ ਅਤੇ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਅੰਤਰ ਕੀ ਗੱਤ ਤੁਮ ਹੀ ਜਾਨੀ, ਤੁਝ ਹੀ ਪਾਏ ਨਿਬੇਰੋ, ਮੇਰੇ ਅੰਦਰ ਦੀ ਅਵਸਥਾ ਨੂੰ ਤੁਸੀਂ ਜਾਣਦੇ ਔਰ ਤੁਸੀਂ ਹੀ ਨਿਬੇੜਾ ਕਰਨਾ, ਫੈਸਲਾ ਕਰਨਾ। ਇਸ ਲਈ ਕੋਈ ਚਤੁਰਾਈ, ਕੋਈ ਚਲਾਕੀ, ਕੋਈ ਸਿਆਣਪ ਇੱਥੇ ਕੰਮ ਨਹੀਂ ਆਉਂਦੀ। ਇੱਥੇ ਤਾਂ ਅਰਦਾਸ ਹੈ, ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਲੱਖ ਖਤੇ ਕਰ ਫੇਰੋ। ਆਖਿਆ ਮੇਰੀ ਤਾਂ ਬੇਨਤੀ ਹੈ, ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਹੇ ਮੇਰੇ ਮਾਲਕ ਪ੍ਰਭੂ ਜੀ ਮੈਨੂੰ ਬਖਸ਼ ਲੈਣਾ ਕਰੋ। ਲੱਖ ਖਤੇ ਕਰ ਫਿਰ, ਖਤੇ ਦਾ ਸ਼ਬਦ ਜਿਹੜਾ ਇਹ ਗੁਨਾਹਾਂ ਲਈ, ਪਾਪਾਂ ਲਈ ਵਰਤਿਆ ਜਾਂਦਾ। ਪਤਾ ਨਹੀਂ ਮੈਂ ਕਿਤਨੇ ਪਾਪ ਕੀਤੇ ਹਨ ਔਰ ਉਹਨਾਂ ਪਾਪਾਂ ਕਰਕੇ ਮੈਂ ਕਿਤਨੇ ਜਨਮਾਂ ਦਾ ਚੱਕਰ ਸਹਿ ਚੁੱਕਾ, ਭਾਵ ਅਨੇਕਾਂ ਹੀ ਮੇਰੇ ਤੋਂ ਭੁੱਲਾਂ ਹੁੰਦੀਆਂ ਹਨ। ਲੇਖੇ ਕਤੇ ਨ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਸਾਡੀ ਤੇ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗੱਤ ਇਹ, ਅੰਤਰ ਕੀ ਗੱਤ ਤੁਮ ਹੀ ਜਾਨੀ, ਤੁਝ ਹੀ ਪਾਹ ਨਿਬੇਰੋ। ਆਖਰੀ ਫੈਸਲਾ ਵੀ ਤੁਹਾਡੇ ਹੱਥ ਵਿੱਚ ਹੈ ਅਤੇ ਤੁਹਾਨੂੰ ਸਾਡੇ ਅੰਦਰ ਦੀ ਸਾਰੀ ਅਵਸਥਾ ਦਾ ਪਤਾ। ਸਾਡੀ ਤੇ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਲੱਖ ਖਤੇ ਕਰ ਫੇਰੋ। ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਲੱਖਾਂ ਗੁਨਾਹ ਕਰਕੇ ਅਸੀਂ ਪਤਾ ਨਹੀਂ ਕਿਤਨੇ ਕੁ ਜਨਮਾਂ ਵਿੱਚ ਫਿਰ ਚੁੱਕੇ ਹਾਂ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਹਨ ਅਤੇ ਜਾਚ ਸਿਖਾਉਂਦੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਉ ਦਰਸ਼ਨ ਦੇਖੇ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਬੇਸ਼ੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ, ਹੇ ਵਾਹਿਗੁਰੂ ਜੀ ਤੁਸੀਂ ਬੇਸ਼ੁਮਾਰ, ਤੁਹਾਡਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੁਸੀਂ ਬੇਅੰਤ ਹੋ, ਪਰ ਮੇਰੇ ਸੁਆਮੀ ਮਾਲਕ ਹੋ ਔਰ ਉੱਚੋ ਗੁਣੀ ਗਹਿਰੋ, ਤੁਸੀਂ ਉੱਚੇ ਤੋਂ ਉੱਚੇ ਹੋ, ਤੁਹਾਡੇ ਤੋਂ ਉੱਚਾ ਕੋਈ ਨਹੀਂ ਔਰ ਤੁਸੀਂ ਗੁਣਾਂ ਦੇ ਗਹਿਰੋ ਡੂੰਘੇ ਸਮੁੰਦਰ ਹੋ। ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ, ਜੇ ਤੁਸੀਂ ਕਿਰਪਾ ਕਰਦੇ ਹੋ। ਕਾਟ ਸਿਲਕ ਕੀਨੋ ਆਪਣੋ ਦੱਸ ਰੋ, ਤੋ ਨਾਨਕ ਕਹਾਨੇ ਹੋਰੋ। ਆਖਿਆ ਜਿਨ੍ਹਾਂ ਪ੍ਰੇਮੀਆਂ 'ਤੇ, ਜਿਨ੍ਹਾਂ ਗੁਰਮੁਖਾਂ 'ਤੇ ਤੁਸੀਂ ਕਾਟ ਸਿਲਕ, ਸਿਲਕ ਕਹਿੰਦੇ ਨੇ ਫਾਈ ਨੂੰ,
ਫਾਂਸੀ ਨੂੰ, ਜਿਨ੍ਹਾਂ ਦੇ ਗਲ ਵਿੱਚੋਂ ਤੁਸੀਂ ਇਹ ਫਾਹੀ ਕੱਟ ਦਿੰਦੇ ਹੋ, ਉਹਨਾਂ ਨੂੰ ਫਿਰ ਕਿਸੇ ਦੀ ਕੋਈ ਮੁਹਤਾਜੀ ਨਹੀਂ ਰਹਿੰਦੀ। ਭਾਵ ਜਿਨ੍ਹਾਂ ਨੂੰ ਤੁਸੀਂ ਆਪਣਾ ਦਾਸ ਬਣਾ ਲੈਂਦੇ ਹੋ, ਉਹਨੂੰ ਫਿਰ ਕਿਸੇ ਦੀ ਕਨੌੜ ਨਹੀਂ ਰਹਿੰਦੀ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸੇ ਸਿਮਰੈ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ, ਹਰ ਚਰਨ ਚਰਨ ਮੋਏ ਚੇਰੋ। ਤੋ ਇਸ ਪਾਵਨ ਸ਼ਬਦ ਦੀ ਵਿਆਖਿਆ ਬੜੀ ਸੰਖੇਪ ਹੈ ਅਤੇ ਸਾਨੂੰ ਆਪਣੇ ਮਨ ਦੀ ਅਵਸਥਾ ਬਦਲ ਕੇ ਉਸ ਪਰਮਾਤਮਾ ਦੇ ਸਨਮੁਖ ਆਪਣਾ ਆਪ ਸਮਰਪਣ ਕਰ ਦੇਣਾ ਚਾਹੀਦਾ। ਅਤੇ ਇਹ ਗੁਰੂ ਜੀ ਇਸ ਸ਼ਬਦ ਰਾਹੀਂ ਇਹ ਤਰੀਕਾ ਸਮਝਾਉਂਦੇ ਨੇ ਕਿ ਪਰਮਾਤਮਾ ਨੂੰ ਅੰਤਰਜਾਮੀ ਜਾਣੋ, ਉਹਦੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ, ਉਹਦੇ ਅੱਗੇ ਆਪਣੀ ਬੇਨਤੀ ਅਰਦਾਸ ਕਰੋ ਕਿ ਅੰਤਰ ਕੀ ਗੱਤ ਤੁਮ ਹੀ ਜਾਨੀ, ਤੁਝ ਹੀ ਪਾਇ ਨਵੇਰੋ। ਬਖਸ਼ ਲੈ ਉਹ ਸਾਹਿਬ ਪ੍ਰਭ ਆਪਣੇ, ਲਾਖ ਤੇ ਕਰ ਫੇਰੋ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ, ਹਰ ਚਰਨ ਸ਼ਰਨ ਮੋਏ ਚੇਰੋ। ਰਹਾਓ ਬੇਸ਼ੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ। ਕਾਟ ਸਿਲਕ ਕੀਨੋ ਆਪਣੋ ਦਾਸਰੋ, ਤੋ ਨਾਨਕ ਕਹਾਂ ਨੇਹੋਰੋ। ਜੇ ਤੁਹਾਡੀ ਕਿਰਪਾ ਹੋ ਜਾਏ, ਤੁਸੀਂ ਜਿਸ ਸੇਵਕ ਦੇ ਗਲੋਂ ਇਹ ਮੋਹ ਮਾਇਆ ਦੀ ਫਾਹੀ ਕੱਟ ਦਿੰਦੇ ਹੋ, ਆਪਣਾ ਸੇਵਕ ਬਣਾ ਲੈਂਦੇ ਹੋ, ਉਹਨੂੰ ਫਿਰ ਕਿਸੇ ਦੀ ਕਾਣ ਕਨੌੜ ਨਹੀਂ ਰਹਿੰਦੀ। ਸੋਰਠ ਮਹਿਲਾ ਪੰਜਵਾਂ। ਇਸ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਭਲੋ ਸਮੂਰਤ ਪੂਰਾ। ਭਲੋ ਤੋਂ ਭਾਵ ਹੈ ਚੰਗਾ, ਸਮੂਰਤ ਉਹ ਸ਼ੁਭ ਮਹੂਰਤ, ਭਲਾ ਹੈ ਸ੍ਰੇਸ਼ਟ ਹੈ ਅਤੇ ਪੂਰਾ ਪੂਰਨ ਹੈ। ਕਦੋਂ? ਜਦੋਂ ਸ਼ਾਂਤ ਸਹਿਜ ਆਨੰਦ ਨਾਮ ਜਪ। ਹੁਣ ਇੱਥੇ ਜਪ ਦੇ ਪੱਪੇ ਨੂੰ ਸਿਆਰੀ ਹੈ। ਜਿਸ ਘੜੀ ਜਿਸ ਮਹੂਰਤ ਤੁਹਾਡਾ ਪਵਿੱਤਰ ਨਾਮ ਜਪ ਕੇ ਸ਼ਾਂਤੀ ਆ ਗਈ, ਸਹਿਜ ਅਡੋਲਤਾ ਆ ਗਈ ਔਰ ਆਨੰਦ ਦੀ ਪ੍ਰਾਪਤੀ ਹੋ। ਕੁਦਰਤੀ ਗੱਲ ਹੈ, ਜਿਹੜਾ ਨਾਮ ਜਪੇਗਾ ਉਹਦੇ ਅੰਦਰ ਇਹ ਸਾਰੇ ਗੁਣ ਸਹਿਜੇ ਹੀ ਆ ਜਾਣ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਨ ਰਹਾਓ। ਜੋ ਮੰਗੈ ਸੋਈ ਸੋਈ ਪਾਵੇਂ, ਸੇਵ ਹਰ ਕੇ ਚਰਨ ਰਸਾਇਨ। ਜਨਮ ਮਰਨ ਦੋਹੋਂ ਤੇ ਛੂਟੈਂ, ਭਵ ਜਲ ਜਗਤ ਤਰਾਇਨ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਨ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਭਲੋ ਸਮੂਰਤ ਪੂਰਾ, ਉਹ ਸ਼ੁਭ ਮਹੂਰਤ ਹੈ, ਉਹ ਸ਼ੁਭ ਘੜੀ ਹੈ, ਜਿਸ ਘੜੀ ਮੈਂ ਤੁਹਾਡਾ ਨਾਮ ਜਪਦਾ ਅਤੇ ਨਾਮ ਜਪ ਕੇ ਮੇਰੇ ਹਿਰਦੇ ਵਿੱਚ ਸ਼ਾਂਤੀ ਸਹਿਜ ਅਡੋਲਤਾ ਆਨੰਦ ਦੀ ਅਵਸਥਾ ਬਣ ਜਾਂਦੀ। ਔਰ ਵਾਜੇ ਅਨਹਦ ਤੂਰਾ, ਤੂਰਾ ਦਾ ਮਤਲਬ ਹੈ ਵਾਜਾ, ਉਹ ਪ੍ਰੇਮ ਦਾ ਵਾਜਾ ਵੱਜਣਾ ਸ਼ੁਰੂ ਹੋ ਜਾਂਦਾ ਜੋ ਅਨਹਦ ਹੈ, ਬਿਨਾਂ ਬਜਾਏ ਇੱਕ ਰਸ ਵੱਜਣ ਲੱਗ ਪੈਂਦਾ।
ਜਿਸ ਨੂੰ ਅਜਪਾ ਜਾਪ ਵੀ ਕਿਹਾ ਜਾਂਦਾ, ਬਿਨਾਂ ਯਤਨ ਤੋਂ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦੀ ਨਿਸ਼ਾਨੀ ਦੱਸੀ ਹੈ, ਗੁਰਮੁਖ ਸਾਚੇ ਕਾ ਪਹੁ ਪਾਵੇ, ਗੁਰਮੁਖ ਬਾਣੀ ਅਘੜ ਘੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਜ ਸਮਾਵੇ, ਭਲੋ ਸਮੂਹਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਓ। ਪਰ ਇਹ ਕਦੋਂ ਹੋਇਆ, ਕਿਵੇਂ ਹੋਇਆ? ਪਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਜਦੋਂ ਗੋਬਿੰਦ ਰੂਪ ਗੁਰੂ ਕਿਰਪਾਲ ਹੋ ਗਏ। ਸਤ ਸੰਗਤ, ਇਸ ਗੁੰਝਲ ਨੂੰ ਸੁਲਝਾਉਣ ਵਾਸਤੇ ਦਾਸ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਡੀ ਸਮਝ ਵਿੱਚ ਆ ਜਾਏ। ਬਹੁਤ ਸਾਰੇ ਲੋਕ ਇਉਂ ਕਹਿ ਕੇ ਆਪਣੇ ਆਪ ਨੂੰ ਬਰੀ ਕਰਦੇ ਨੇ ਕਿ ਜੀ ਸਾਡੇ ਉੱਤੇ ਹਾਲੀ ਕਿਰਪਾ ਨਹੀਂ ਹੋਈ, ਨਹੀਂ ਪਾਈ। ਉਹਦੀ ਤਾਂ ਕਿਰਪਾ ਹਰ ਵੇਲੇ ਬਰਸ ਰਹੀ, ਪਰ ਜਿਹੜੇ ਗੁਰੂ ਦੀ ਗੱਲ ਮੰਨਦੇ ਹਨ, ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਤੁਰਦੇ ਹਨ, ਉਹਨਾਂ ਦੇ ਮੂੰਹੋਂ ਇਹ ਗੱਲ ਸ਼ੋਭਦੀ ਕਿ ਹੁਣ ਗੁਰੂ ਦੀ ਕਿਰਪਾ ਹੋ ਗਈ। ਮੈਂ ਤਾਂ ਇਸ ਨੂੰ ਹੋਰ ਸਰਲ ਸੌਖਾ ਕਰਕੇ ਸਮਝਾਉ। ਮੈਂ ਕਹਿੰਦਾ ਕਿਸੇ ਹਕੀਮ ਡਾਕਟਰ ਦੀ ਦਵਾਈ ਦੇ ਨਾਲ ਬਿਮਾਰ ਨੂੰ ਆਰਾਮ ਆ ਜਾਏ, ਉਹਦਾ ਰੋਗ ਕੱਟਿਆ ਜਾਏ, ਇਹਦੇ ਪਿੱਛੇ ਦਵਾਈ ਵੀ ਕੰਮ ਕਰਦੀ ਹੈ, ਇਹਦੇ ਪਿੱਛੇ ਡਾਕਟਰ ਵੱਲੋਂ ਦੱਸਿਆ ਹੋਇਆ ਪਰਹੇਜ਼ ਵੀ ਕੰਮ ਕਰਦਾ। ਇਹਨਾਂ ਦੋਵਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਜੇ ਕੋਈ ਮਰੀਜ਼ ਡਾਕਟਰ ਦੀ ਦਿੱਤੀ ਦਵਾਈ ਖਾਵੇ ਹੀ ਨਾ, ਆਖੇ ਜੀ ਮੇਰੇ 'ਤੇ ਕਿਰਪਾ ਨਹੀਂ ਹੋਈ, ਇਹ ਕਿਤਨੀ ਅਟੁਕਵੀਂ ਗੱਲ ਹੈ। ਚਲੋ ਜੇ ਦਵਾਈ ਖਾ ਲਵੇ ਤਾਂ ਪਰਹੇਜ਼ ਨਾ ਕਰੇ, ਸਵੇਰੇ ਵੀ ਉੱਠੇ, ਨਿਤਨੇਮ ਵੀ ਕਰੇ, ਬਾਣੀ ਵੀ ਪੜ੍ਹੇ, ਅਤੇ ਰਾਤ ਨੂੰ ਬੋਤਲ ਵੀ ਖੋਲ ਲਵੇ, ਫਿਰ ਆਖੇ ਮੇਰੇ 'ਤੇ ਕਿਰਪਾ ਨਹੀਂ। ਨਹੀਂ, ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰੂ ਕੇ ਹੁਕਮ ਨੂੰ ਮੰਨਦਾ, ਜਿਹੜੇ ਵੇਲੇ ਮੰਨਦਾ ਉਹ ਭਲਾ ਸਮਾਂ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਓ। ਫਿਰ ਉਹ ਕੀ ਕਹਿੰਦਾ? ਕਹਿੰਦਾ ਇਹ ਮੇਰਾ ਯਤਨ ਨਹੀਂ, ਇਹ ਤਾਂ ਗੁਰੂ ਦੀ ਕਿਰਪਾ ਹੈ। ਉਹ ਕ੍ਰੈਡਿਟ ਆਪ ਨਹੀਂ ਲੈਂਦਾ। ਉਹਨੂੰ ਕਦੇ ਪੁੱਛ ਕੇ ਵੇਖੋ ਤੁਹਾਡੀ ਇਹ ਅਵਸਥਾ ਕਿਵੇਂ ਬਣੀ, ਤੁਹਾਡੇ ਵਿੱਚ ਇਹ ਤਬਦੀਲੀ ਕਿਵੇਂ ਆਈ, ਤੁਸੀਂ ਔਗੁਣਾਂ ਤੋਂ ਕਿਵੇਂ ਬਚ ਗਏ। ਉਹ ਕਦੇ ਇਹ ਨਹੀਂ ਕਹੇਗਾ ਕਿ ਮੇਰਾ ਯਤਨ ਹੈ। ਕਹਿੰਦਾ ਨਹੀਂ, ਇਹ ਮੇਰੇ ਗੁਰੂ ਦੀ ਕਿਰਪਾ। ਪਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਸਤ ਸੰਗਤ, ਪਹਿਲਾਂ ਗੁਰਬਾਣੀ ਨੂੰ ਪੜ੍ਹਨਾ, ਫਿਰ ਉਸ ਦੀ ਵਿਚਾਰ ਕਰਨੀ। ਉਹ ਗੁਰੂ ਕਾ ਸਿੱਖ, ਉਹ ਗੁਰਮੁਖ ਪਿਆਰਾ, ਇਹ ਕਹਿਣ ਦਾ ਹੱਕਦਾਰ ਹੈ ਜਿਸ ਨੇ ਗੁਰੂ ਦੀ ਸਿੱਖਿਆ ਨੂੰ ਮੰਨੇ। ਬਾਣੀ ਵਿੱਚ ਜਗ੍ਹਾ ਜਗ੍ਹਾ ਲਿਖੇ ਕਿ ਉਹ ਮੁਹੂਰਤ, ਉਹ ਘੜੀ ਸਫਲ ਹੈ ਜਿਸ ਵੇਲੇ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ। ਉਹ ਸਮਾਂ ਕਿਤਨਾ ਚੰਗਾ ਸੀ, ਜਿਸ ਸਮੇਂ ਮੈਂ ਗੁਰੂ ਦੇ ਦਰਸ਼ਨ ਕੀਤੇ, ਜਿਸ ਸਮੇਂ ਮੈਂ ਗੁਰੂ ਦੀ ਸੰਗਤ ਵਿੱਚ ਆਇਆ ਅਤੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਸੁਣਿਆ, ਅਤੇ ਜਿਸ ਨੇ ਸੁਣ ਕੇ ਮੰਨਿਆ ਉਹ ਫਿਰ ਕਹਿੰਦਾ ਹੈ, ਪਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਆਖਿਆ ਗੋਬਿੰਦ ਰੂਪ ਗੁਰੂ ਮੇਰੇ 'ਤੇ ਕਿਰਪਾਲ ਹੋ ਗਏ, ਕਿਰਪਾ ਦੇ ਘਰ ਕਿਰਪਾ ਵਿੱਚ ਆ ਗਏ, ਅਤੇ ਉਹਨਾਂ ਦੀ ਕਿਰਪਾ ਦੇ ਨਾਲ
ਸਗਲ ਮਨੋਰਥ ਪਾਏ। ਹੁਣ ਮੈਂ ਮਨ ਦੇ ਸਾਰੇ ਮਨੋਰਥ ਪ੍ਰਾਪਤ ਕਰ ਲਏ। ਗੁਰੂ ਸਾਹਿਬ ਤਾਂ ਰੋਜ਼ ਕਹਿੰਦੇ ਨੇ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਊਜਨ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਾਂ ਹਰ ਸਿਮਰਨ ਬਹਿਆ ਤਾਂ ਉਪਾਦਗਤ ਕੀਨੀ, ਵਡਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ, ਅਸਥਿਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਦੇਖੋ ਕਿਸ ਤਰ੍ਹਾਂ ਤਬਦੀਲੀ ਆਉਂਦੀ, ਉਹੀ ਮਨ ਜਿਹੜਾ ਟਿਕਦਾ ਨਹੀਂ ਸੀ ਉਹ ਹੁਣ ਟਿਕ ਗਿਆ। ਪਰ ਕਿਵੇਂ ਟਿਕਿਆ? ਹਰ ਚਰਨੀ, ਹਰੀ ਦੇ ਚਰਨਾਂ ਨਾਲ ਲੱਗ ਕੇ, ਅਤੇ ਹਰੀ ਦੇ ਚਰਨਾਂ ਨਾਲ ਲੱਗਣ ਦਾ ਤਰੀਕਾ ਗੋਬਿੰਦ ਕੇ ਗੁਣ ਗਾਏ। ਜਦੋਂ ਉਸ ਗੋਬਿੰਦ ਦੀ ਸਿਫਤ ਸਲਾਹ ਕੀਤੀ, ਇਸੇ ਲਈ ਗੁਰਮਤ ਦੇ ਅੰਦਰ ਨਿਰਣੇ ਜਨਕ ਫੈਸਲੇ, ਭਾਈ ਪਖੰਡਾਂ ਵਿੱਚ ਨਾ ਪਵੋ, ਦਿਖਾਵੇ ਦੇ ਕੰਮ ਨਾ ਕਰੋ, ਬਲਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਉ ਨਾਨਕ ਜਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ ਤੇਰੋ ਸੇਵਕ, ਇਹ ਰੰਗ ਮਾਤਾ। ਭਏ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ, ਅਸਥਿਰ ਭਏ ਲਾਗ ਹਰ ਚਰਨੀ, ਗੋਬਿੰਦ ਕੇ ਗੁਣ ਗਾਏ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਾਓ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਆਖਿਆ ਜਦੋਂ ਮਿਲੇ ਸੁਆਮੀ ਪ੍ਰੀਤਮ ਆਪਣੇ, ਸੁਆਮੀ ਕਹੀਏ ਮਾਲਕ, ਪ੍ਰੀਤਮ ਕਹੀਏ ਪਿਆਰੇ, ਪ੍ਰੀਤ ਦੇ ਮੁਜੱਸਮੇ ਵਾਹਿਗੁਰੂ ਜੀ ਨਾਲ ਮੇਲ ਹੋ ਗਏ। ਫਿਰ ਕੀ ਹੁੰਦਾ? ਇਹ ਘਰ ਇਹ ਮੰਦਰ ਸੁਖਦਾਈ, ਸੁੱਖ ਦੇਣ ਵਾਲੇ ਹੋ ਜਾਣ। ਮਹਾਰਾਜ ਤਾਂ ਕਹਿੰਦੇ ਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੋਬਾਰੇ, ਜਿੱਥੇ ਨਾਮ ਨ ਜਪੀਏ ਮੇਰੇ ਗੋਇੰਦਾ, ਸੇ ਹੀ ਨਗਰ ਉਜਾੜੀ ਜੀਓ। ਭਲੀ ਸੁਹਾਵੀ ਛਾਪਰੀ, ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨ ਕਉ ਧੌਲ ਹਰ, ਜਿਤ ਹਰ ਬਿਸਰਾਏ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਕੋਲ ਭਾਵੇਂ ਰਹਿਣ ਲਈ ਟੁੱਟੀ ਛਪਰੀ ਕਿਉਂ ਨਾ ਹੋਵੇ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਤ ਸਾਕ ਨ ਸਿੰਨਾ, ਰਾਜਾ ਸਗਲੀ ਸਿਸ਼ਟ ਕਾ, ਹਰ ਨਾਮ ਮਨ ਭਿੰਨਾ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਆਖਿਆ ਜਿਨ੍ਹਾਂ ਦਾ ਮੇਲ ਆਪਣੇ ਪ੍ਰੀਤਮ ਨਾਲ ਹੋ ਜਾਂਦਾ, ਤਥਾ ਜਿਹੜੇ ਹਰ ਵੇਲੇ ਉਸ ਪ੍ਰੀਤਮ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਘਰ ਮੰਦਰ ਸੁਖਦਾਈ। ਉਹ ਘਰ ਉਹ ਮੰਦਰ ਮਹਿਲ ਮਕਾਨ ਸੁੱਖ ਦੇਣ ਵਾਲੇ ਹੋ ਜਾਂਦੇ। ਹਰ ਨਾਮ ਨਿਧਾਨ ਨਾਨਕ ਜਨਮ ਪਾਇਆ, ਸਗਲੀ ਇੱਚ ਪੁਜਾਈ। ਪਾਤਸ਼ਾਹ ਕਹਿੰਦੇ ਨੇ ਨਾਨਕ ਜਨ ਪਾਏ, ਉਹਨਾਂ ਸੇਵਕਾਂ ਨੇ ਹਰੀ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਪਰਾ ਲਏ। ਔਰ ਉਹ ਕਹਿੰਦੇ ਹਨ ਕਿ ਸਗਲੀ ਇੱਚ ਪੁਜਾਈ, ਹੁਣ ਸਭ ਇੱਛਾ ਪੂਰੀਆਂ ਹੋ ਗਈਆਂ। ਰੋਜ਼ ਅਸੀਂ ਪੜ੍ਹਦੇ ਹਾਂ ਸਾਚ ਨਾਮ ਆਧਾਰ ਮੇਰਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਸ ਲਈ
ਉਸ ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲਣ ਦੇ ਨਾਲ ਉਹ ਚੱਲਣ ਦਾ ਸਮਾਂ ਵੀ ਬੜਾ ਸ਼ੁਭ ਹੈ ਔਰ ਉਸਦੇ ਫਲ ਸਵਰੂਪ ਸ਼ਾਂਤੀ ਵੀ ਆਵੇਗੀ, ਸਹਿਜ ਵੀ ਆਏਗਾ, ਆਨੰਦ ਵੀ ਆਏਗਾ ਔਰ ਅਨਹਦ ਇੱਕ ਰਸ ਪ੍ਰੇਮ ਦਾ ਵਾਜਾ ਵੀ ਵੱਜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।